ਜੀ ਦੋਸਤੋ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਲੱਗ-ਅਲੱਗ ਪੋਸਟਾਂ ਦੇ ਲਈ ਜਿਸ ਦੀ ਜੋ ਲਾਸਟ ਮਿਤੀ ਹੈ 10/1/2022 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਅਪਡੇਟ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਾਡੀ ਇੱਕ ਬੇਨਤੀ ਇਹ ਹੈ ਕਿ ਤੁਸੀਂ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਸ ਨਾਲ ਇਹ ਹੋ ਸਕਦਾ ਹੈ ਕਿ ਤੁਹਾਨੂੰ ਇਸ ਇਸ ਜੌਬ ਦੀ ਜ਼ਰੂਰਤ ਨਾ ਹੋਵੇ ਪਰ ਕਿਸੇ ਨਾ ਕਿਸੇ ਨੂੰ ਇਸ ਜੌਬ ਦੀ ਜ਼ਰੂਰਤ ਹੋਵੇ ਤੇ ਉਹ ਅਪਲਾਈ ਕਰਨ ਤੋਂ ਬਾਝਾ ਨਾ ਰਹਿ ਸਕੇ ਉਹਦੇ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਸਾਡਾ ਟੈਲੀਗ੍ਰam ਚੈਨਲ ਹੈ ਜਿਸ ਦੇ ਉੱਤੇ ਅਸੀਂ ਹਰ ਰੋਜ਼ ਵੀਡੀਓ ਦੇ ਲਿੰਕ ਅਪਲੋਡ ਕਰਦੇ ਹਾਂ ਤੇ ਪੀਡੀਐਫ ਫਾਈਲਾਂ ਅਪਲੋਡ ਕਰਦੇ ਹਾਂ ਤਾਂ ਕਿ ਤੁਸੀਂ ਉੱਥੋਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਤੁਸੀਂ ਇਸ ਚੈਨਲ ਨੂੰ ਜੁਆਇਨ ਕਰਨ ਦੇ ਲਈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ ਲਿੰਕ ਦੇ ਉੱਤੇ ਕਲਿੱਕ ਕਰਕੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਅੱਗੇ ਤੋਂ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਉਹ ਪੰਜਾਬ ਨੈਸ਼ਨਲ ਬੈਂਕ ਹਿਊਮਨ ਰਿਸੋਰਸ ਡਿਵੀਜ਼ਨ ਕੋਆਪਰੇਟਿਵ ਆਫਿਸ ਸੈਕਟਰ 10 ਦਵਾਰਕਾ ਨਿਊ ਦਿੱਲੀ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ ਰੱਖੀ ਗਈ ਹੈ 10 1 2022 ਅਲੱਗ-ਅਲੱਗ ਪੋਸਟਾਂ ਵਾਸਤੇ ਇਹਨਾਂ ਨੇ ਐਪਲੀਕੇਸ਼ਨਾਂ ਦੀ ਮੰਗ ਕੀਤੀ ਹੈ ਜੋ ਕਿ ਪੋਸਟਾਂ ਹੇਟ ਲੈ ਕੇ ਅਨੁਸਾਰ ਹੈ ਸਭ ਤੋਂ ਪਹਿਲੀ ਜੋ ਪੋਸਟ ਹੈ ਚੀਫ ਰਿਸਕ ਆਫੀਸਰ CRO ਦੀ ਪੋਸਟ ਹੈ ਇਸ ਦੇ ਵਿੱਚ ਟੋਟਲ ਪੋਸਟਾਂ ਦੀ ਗਿਣਤੀ 1 ਹੈ ਜਿਸ ਨੂੰ ਕਿ ਕੈਟਾਗਰੀ ਵਾਈਜ਼ ਵੈਕੈਂਸੀਆਂ ਨੇ ਜੋ ਅਨਰਿਜ਼ਰਵਡ ਕੈਟਾਗਰੀ ਦੇ ਲਈ ਰਾਖਵੀਂ ਰੱਖੀ ਗਈ ਹੈ ਉਸ ਤੋਂ ਬਾਅਦ ਜੋ ਨੈਕਸਟ ਪੋਸਟ ਹੈ ਚੀਫ ਕੰਪਲਾਈਅੰਸ ਆਫੀਸਰ ਦੀ ਪੋਸਟ ਹੈ CCO ਦੀ ਪੋਸਟ ਹੈ ਜਿਸ ਦੇ ਵਿੱਚ ਟੋਟਲ ਵੈਕੈਂਸੀ 1 ਹੈ ਤੇ ਇਸ ਇਸ ਨੂੰ ਵੀ ਅਨਰਿਜ਼ਰਵਡ ਕੈਟਾਗਰੀ ਦੇ ਲਈ ਰਾਖਵੇਂ ਰੱਖਿਆ ਗਿਆ ਹੈ उस तो बाद जो चीफ फाइनेंशियल ऑफिसर पोस्ट है सी एफ ओ की पोस्ट है इस दिल भी एक पोस्ट है टोटल गिन पोस्टा की गिनती तो अनरिजर्व कैटेगरी ही राखवी रखी गई है चीफ टेक्निकल कल ऑफिसर की पोस्ट है जिस वैकेंसी एक है तो अनरिजर्व कैटेगरी ही राखवी रखी गई है उस तो बाद चीफ इनफोरमेसन सिक्योरिटी ऑफिसर सी सीसो ਪੋਸਟ ਹੈ ਜਿਸ ਦੇ ਵਿੱਚ ਇੱਕ ਪੋਸਟ ਹੈ ਉਹ ਵੀ ਅਨਰਜ਼ਰਵਡ ਕੈਟਾਗਰੀ ਦੇ ਲਈ ਰਾਖਵੀਂ ਰੱਖੀ ਗਈ ਹੈ ਉਸ ਤੋਂ ਬਾਅਦ ਚੀਫ ਡਿਜੀਟਲ ਆਫੀਸਰ ਦੀ ਪੋਸਟ ਹੈ ਜਿਸ ਦੇ ਲਈ ਵੈਕੈਂਸੀ ਇੱਕ ਹੈ ਤੇ ਉਹ ਵੀ ਅਨਰਜ਼ਰਵਡ ਕੈਟਾਗਰੀ ਲਈ ਰੱਖੀ ਗਈ ਹੈ ਤੇ ਟੋਟਲ ਪੋਸਟਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ 6 ਹੈ ਇਸ ਤੋਂ ਬਾਅਦ ਤੁਸੀਂ ਏਜ ਐਜੂਕੇਸ਼ਨ ਕੁਆਲਿਫਿਕੇਸ਼ਨ ਦੇਖ ਸਕਦੇ ਹੋ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਪਾਉਜ਼ ਕਰਕੇ ਦੇਖ ਸਕਦੇ ਹੋ ਜਾਂ ਤੁਹਾਨੂੰ ਇਸ ਦਾ ਲਿੰਕ ਵੀ ਟੈਲੀਗ੍ਰam ਚੈਨਲ ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਤੁਸੀਂ ਚੈੱਕ ਕਰ ਸਕਦੇ ਹੋ ਚੀਫ ਕੰਪਲਾਈਅנס ਆਫੀਸਰ ਲਈ ਤੇ ਚੀਫ ਫਾਈਨੈਂਸ਼ੀਅਲ ਆਫੀਸਰ ਲਈ ਘੱਟੋ-ਘੱਟ ਜ਼ਿਆਦਾਤਰ 45 ਸਾਲ ਤੇ ਮੈਕਸਿਮਮ 55 ਸਾਲ ਦੀ ਏਜ ਰੱਖੀ ਗਈ ਹੈ ਤੁਸੀਂ ਦੇਖ ਸਕਦੇ ਹੋ ਰਿਸਪੌਂਸਿਬਿਲਟੀਜ਼ ਦੱਸੀਆਂ ਗਈਆਂ ਨੇ ਉਸ ਤੋਂ ਬਾਅਦ ਟਰਮ ਐਂਡ ਕੰਡੀਸ਼ਨਜ਼ ਆਫ এমਪਲॉयਮੈਂਟ ਫਾਰ ਈਚ ਪੋਸਟ ਰਹੀ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਜੋ ਹੈ ਪ੍ਰੀਲੀਮੀਨਰੀ ਸਕਰੀਨਿੰਗ ਹੋਵੇਗੀ ਸ਼ਾਰਟਲਿਸਟ ਕੈਂਡੀਡੇਟਸ ਹੋਣਗੇ ਜੋ ਉਹਨਾਂ ਦੀ ਜੋ ਐਲੀਜੀਬਿਲਟੀ ਕ੍ਰਾਈਟੇਰੀਆ ਹੋਵੇਗਾ ਉਹਨਾਂ ਦੀ ਕੁਆਲਿਫੀਕੇਸ਼ਨ ਐਕਸਪੀਰੀਅੰਸ ਜੋ ਐਪਲੀਕੇਸ਼ਨ ਅਪਲੀਕੇਸ਼ਨ ਦੇ ਨਾਲ ਸਬਮਿਟ ਕੀਤਾ ਹੋਵੇਗਾ ਉਸ ਦੇ ਅਕੋਰਡਿੰਗ ਹੋਵੇਗਾ ਸਿਲੈਕਸ਼ਨ ਪ੍ਰੋਸੈਸ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਵੇਗੀ ਇੰਟਰਵਿਊ ਦੇ ਮਾਰਕਸ ਹੋਣਗੇ ਤੇ ਇੰਟਰਵਿਊ ਦੀ ਡੇਟ ਐਂਡ ਟਾਈਮ ਤੁਹਾਨੂੰ ਦੱਸਿਆ ਜਾਏਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਤੁਸੀਂ ਉੱਥੇ ਪਹੁੰਚ ਕੇ ਇੰਟਰਵਿਊ ਦੇਣੀ ਹੈ ਉਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਜੋ ਮਾਰਕਸ ਸਕੋਰ ਕਰੋਗੇ ਉਸ ਦੇ ਅਕੋਰਡਿੰਗ ਸਿਲੈਕਸ਼ਨ ਕੀਤੀ ਜਾਵੇਗੀ ਤੇ ਫਾਈਨਲ ਸਿਲੈਕਸ਼ਨ ਤੁਹਾਡੀ ਕੁਆਲਿਫੀਕੇਸ਼ਨ ਤੇ ਪਾਸ ਨੂੰ ਇੰਟਰਵਿਊ ਨੂੰ ਦੇਖ ਕੇ ਕੀਤੀ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਅਪਲੀਕੇਸ਼ਨ ਦਾ ਲਿੰਕ ਜੋ ਪਰਫਾਰਮਾ ਹੈ ਉਹ ਦਿੱਤਾ ਹੋਇਆ ਹੈ ਜਿਸ ਦੇ ਨਾਲ ਤੁਸੀਂ ਡੇਟ ਆਫ ਬਰਥ ਦਾ ਪ੍ਰੂਫ ਐਜੂਕੇਸ਼ਨ ਸਰਟੀਫਿਕੇਟ ਐਕਸਪੀਰੀਅੰਸ ਸਰਟੀਫਿਕੇਟ ਤੇ ਸੀਵੀ ਤੁਸੀਂ ਆਪਣਾ ਅਟੈਚ ਕਰਕੇ ਇਹਨਾਂ ਨੂੰ 10 1 2022 ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਦਿੱਤੇ ਹੋਏ ਪਤੇ ਜੋ ਕਿ ਜਨਰਲ ਮੈਨੇਜਰ ਐਚ ਆਰ ਐਮ ਡੀ ਪੰਜਾਬ ਨੈਸ਼ਨਲ ਬੈਂਕ ਹਿਊਮਨ ਸਰਸ ਡਿਵੀਜ਼ਨ ਫਸਟ ਫਲੋਰ ਵੈਸਟ ਵਿੰਗ ਕੋਰਪੋਰੇਟੋ ਆਫਿਸ ਸੈਕਟਰ 10 ਦਵਾਰਕਾ ਨਿਊ ਦਿੱਲੀ ਦੇ ਉੱਤੇ ਤੁਸੀਂ ਭੇਜਣਾ ਹੈ ਤੇ ਆਪਣਾ ਜੋ ਡਾਕੂਮੈਂਟਸ ਨੇ ਉਹ ਇਨਵੈਲਪ ਦੇ ਵਿੱਚ ਪਾ ਕੇ ਉਸ ਦੇ ਉੱਤੇ ਸੇਮ ਐਡਰੈਸ ਇਸ ਤਰ੍ਹਾਂ ਮੈਂਸ਼ਨ ਕਰਨਾ ਹੈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ